ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਤੁਹਾਡਾ ਫਿਰ ਅੱਜ ਦੇ ਬਲੌਗ 'ਚ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ, ਘੈਂਟ ਹੋਵੋਗੇ। ਅਤੇ ਆਪਾਂ ਫਿਰ ਚੱਲ ਪਏ ਅੱਜ ਖੇਤ, ਬਹੁਤ ਦਿਨਾਂ ਬਾਅਦ ਫਿਰ ਬਲੌਗ ਲੈ ਕੇ ਆ ਰਹੇ ਹਾਂ। ਅਤੇ ਅੱਜ ਆਪਾਂ ਕੱਢਦੇ ਹਾਂ ਸਰੋਂ, 5 ਕਿੱਲੇ ਕੱਢਾਂਗੇ, 5 ਕਿੱਲੇ ਆਈ ਪਈ ਹੈ, 5 ਕਿੱਲੇ ਸਰੋਂ ਕੱਢਦੇ ਹਾਂ। ਅਤੇ ਆਪਾਂ ਹੋ ਗਏ ਤਿਆਰ, ਐਨਕਾ ਟੋਪੀ ਲਾ ਕੇ ਅਤੇ ਕਰੋ ਚੈੱਕ, ਟਰੈਕਟਰ ਵੀ ਆਪਣਾ ਖੜਾ ਬਾਹਰ। ਅਤੇ ਬਾਕੀ ਆਪਾਂ ਲਾਈਟਾਂ ਲਾਤੀਆਂ, ਦੇਖਣ ਜਾਣੀ ਸੀਗੀਆਂ, ਉਹ ਕਰੋ ਚੈੱਕ, ਚਾਨਣ ਤੋਂ ਆ। ਅਤੇ ਲਾਈਟਾਂ ਲੂਟਾਂ ਲਾਤੀਆਂ ਸੀ, ਹੈ ਨਾ, ਆਪਾਂ ਹਜੇ ਉਹਨਾਂ ਦੀ ਵਾਇਰਿੰਗ ਕਰਨ ਵਾਲੀ ਪਈ ਆ, ਟਰਾਲੀ ਮਗਰ। ਬਾਕੀ ਆਪਾਂ ਚਾਹ ਚੂਹ ਲੈ ਕੇ ਚੱਲਦੇ ਹਾਂ ਖੇਤ ਅਤੇ ਸਰੋਂ ਕੱਢਾਂਗੇ। ਸਰੋਂ ਦਾ ਦੱਸਦੇ ਹਾਂ ਕੀ ਹਿਸਾਬ ਤਾ, ਕਿਵੇਂ, ਹੈ ਨਾ, ਕਿੰਨੀ ਝਾੜ ਵਾਲੀ ਲੱਗਦੀ ਹੋਈ, ਮਤਲਬ ਆਈਡੀਆ ਹੀ ਹੁੰਦਾ ਹੁੰਦਾ ਸਹੀ ਤਾਂ, ਉੱਥੇ ਕੰਡੇ 'ਤੇ ਤੁਲੇ ਬਾਅਦ ਹੀ ਪਤਾ ਲੱਗਦਾ ਅੜਤ 'ਤੇ। ਬਾਕੀ ਦੇਖਦੇ ਹਾਂ ਅਤੇ ਫਿਰ ਦੱਸਦੇ ਹਾਂ ਖੇਤ ਚੱਲਦੇ ਹਾਂ, ਕਿਰਪੈਨ ਕਦੋਂ ਕਹਾਉਂਦੀ ਆ, ਅਤੇ ਫਿਰ ਆਪਾਂ ਮਿਲਦੇ ਹਾਂ ਖੇਤ। ਲਓ ਵੀ ਆਪਾਂ ਘਰ ਤੋਂ ਚੱਲਣ ਦੀ ਕਰ ਲਈ ਸ਼ੁਰੂਆਤ, ਆਪਾਂ ਕਰ ਲਈ ਗੇਟ ਬੰਦ। ਬਾਰੋ ਬਾਰੀ ਬੰਦ ਕਰ ਦਿੰਦੇ ਹਾਂ, ਸਲੈਂਸਰ ਮਾੜਾ ਜਿਹਾ ਢਿੱਲਾ, ਸਲੈਂਸਰ ਗਾਸ ਦੀਏ। ਕੱਢਣ ਫਿਲਹਾਲ ਆਪਾਂ ਇਕੱਲੇ ਹਾਂ, ਖੇਤ ਉਹ ਕਿਰਪੈਨ ਲੱਗੀ ਪਈ ਅਤੇ ਆਪਾਂ ਖੇਤ ਪਹੁੰਚ ਚੁੱਕੇ ਹਾਂ। ਅਤੇ ਆਹ ਖੜਾ ਆਪਣੇ ਵਾਲਾ, ਚਾਦਰਾਂ ਚਾਦਰਾਂ ਲਾ ਕੇ ਫਿਰ ਦਿਖਾਉਣੀਆਂ। ਉਹ ਵੀ ਟਰਾਲੀ ਖਾਲੀ, ਲਾ ਤੀਆਂ ਚਾਦਰਾਂ ਬਾਹਰੋਂ ਬੰਨ ਦਿੰਦੇ ਹਾਂ। ਲਓ ਵੀ ਪੱਲੀਆਂ ਪੱਲੀਆਂ ਲਾ ਤੀਆਂ ਆਪਾਂ, ਬੰਨ ਤੀਆਂ ਆਪਾਂ, ਹੁਣ ਵਿਹਲੇ ਹਾਂ ਤਰ੍ਹਾਂ ਤਾਂ, ਬਾਕੀ ਮਸ਼ੀਨ ਲੈਣੇ ਪਾਊਗੀ, ਫੇਰ ਦਾਣੇ ਦੂਣੇ ਚੈੱਕ ਕਰੀਏ, ਦਾਣੇ ਕੱਢਦੇ ਆ, ਪਿੱਛੇ ਵੇਖੀ ਜਾਂਦੇ ਆ, ਦਾਣੇ ਟੱਪਦੇ ਸੀ।
ਯਾ ਠੰਡੀ ਠੰਡੀ ਹਵਾ ਆਉਂਦੀ ਹੈ ਖੇਤ ਤੋਂ। ਪਾਲੀਏ ਜਾਏ ਆਏ ਆਪਣੇ ਪਿੰਡ ਦੇ ਬੰਦੇ ਆ ਜੀ ਜਿਹੜੇ ਕਰਪੈਣ 'ਤੇ ਲੱਗੇ ਆ ਅਤੇ ਆਪਾਂ ਆਪਾਂ ਲਾਉਣੇ ਆ ਛਾਵੇਂ ਬਾਈ ਟਰੈਕਟਰ। ਫੋਰ ਬਾਏ ਫੋਰ ਵਾਲਾ ਜਗਾਡਾ ਲਾਈ ਫਿਰਦੇ ਆ ਹਨਾ, ਥੋੜਾ ਜਿਹਾ ਸਾਨੂੰ
ਚਾਰ ਕੁ ਜੀ ਰਹੂਗੀ, ਚਾਰ ਕੁ ਪਊਗੀ ਬਾਈ। ਚਾਰ ਕੁ ਦੀ ਐਵਰੇਜ ਪੈ ਗਈ ਸੀਗਾ ਨਾ, ਉੱਥੇ ਚੀਜ਼ ਤੇ ਕਰੀਬ ਨਿਕਲਣੀ ਸੀਗੇ। ਆਪਾਂ ਚੱਲਦੇ ਹਾਂ ਘਰੇ, ਸਰੋਂ ਲਈ ਕੱਢ।